ਅਜੀਤ ਵੈਬ ਟੀਵੀ ਦੇਖ ਰਹੇ ਦਰਸ਼ਕਾਂ ਨੂੰ ਮਨਪ੍ਰੀਤ ਸਿੰਘ ਬਦਰੀਕਾਨ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਦੁਨੀਆ ਭਰ ਦੇ ਵਿੱਚ ਮਾਊਂਟ ਐਵਰੈਸਟ ਦਾ ਨਾਂ ਜਿਹੜਾ ਉਹ ਬਹੁਤ ਹੀ ਮਸ਼ਹੂਰ ਹੈ। ਬਹੁਤ ਸਾਰੇ ਲੋਕ ਉਸ ਚੋਟੀ ਦੇ ਉੱਤੇ ਚੜ੍ਹ ਕੇ ਹਿਮਾਲਿਆ ਦੇ ਸਿਖਰ ਦੇ ਉੱਤੇ ਚੜ੍ਹ ਕੇ ਆਪਣਾ ਇਤਿਹਾਸ ਜਿਹੜਾ ਉਹ ਬਣਾ ਚੁੱਕੇ ਨੇ, ਲੇਕਿਨ ਉਸ ਇਤਿਹਾਸ ਦੇ ਪਿੱਛੇ ਜਿਹੜਾ ਕੰਮ ਕਰਨ ਵਾਲੇ ਜੋਰਜ ਐਵਰੈਸਟ, ਜਿਨ੍ਹਾਂ ਨੇ ਇੱਕ ਸਰਵਾਇਰ ਦੇ ਤੌਰ ਦੇ ਉੱਤੇ ਕੰਮ ਕੀਤਾ, 1830 ਤੋਂ ਲੈ ਕੇ 1847 ਤੱਕ ਉਹ ਈਸਟ ਇੰਡੀਆ ਕੰਪਨੀ ਦੇ ਜਿਹੜੇ ਇੱਕ ਕਾਮੇ ਵਜੋਂ ਉੱਤੇ ਕੰਮ ਕਰਦੇ ਰਹੇ। ਅੱਜ ਅਸੀਂ ਉਸ ਦੇ ਘਰ ਦੇ ਵਿੱਚ ਹਾਂ ਅਤੇ ਜਿਸ ਨੂੰ ਹੁਣ ਹੋਟਲ ਦਾ ਜਿਹੜਾ ਉਹ ਰੂਪ ਦਿੱਤਾ ਜਾ ਚੁੱਕਿਆ, ਅਤੇ ਆਓ ਉਸ ਦੇ ਸੰਬੰਧ ਵਿੱਚ ਵੇਖਦੇ ਹਾਂ ਇੱਕ ਵਿਸ਼ੇਸ਼ ਪ੍ਰੋਗਰਾਮ। ਬਿੱਲੂ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਕਿ ਤੁਸੀਂ ਅੱਜ ਬੜੀ ਇੱਕ ਇਤਿਹਾਸਕ ਚੀਜ਼ ਜਿਹੜੀ ਆ ਉਹ ਸਾਨੂੰ ਅਜੀਤ ਦੇ ਦਰਸ਼ਕਾਂ ਦੇ ਨਾਲ ਸਾਂਝੀ ਜਿਹੜੀ ਆ ਉਹ ਕਰਨਾ ਕਰਨ ਜਾ ਰਹੇ ਹੋ। ਸਭ ਤੋਂ ਪਹਿਲਾਂ ਤਾਂ ਸਾਨੂੰ ਇਸ ਸ਼ਹਿਰ ਦੇ ਬਾਰੇ ਦੱਸੋ ਜੀ, ਇਸ ਸ਼ਹਿਰ ਦੇ ਵਿੱਚ ਅਸੀਂ ਖੜ੍ਹੇ। ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਅਤੇ ਤੁਹਾਡੇ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਤਹਿ ਦਿਲੋਂ ਬਹੁਤ ਬਹੁਤ ਧੰਨਵਾਦ ਕਰਦਾ ਕਿ ਦੂਸਰਾ ਕਿ ਤੁਸੀਂ ਇੱਡੀ ਦੂਰੋਂ ਚੱਲ ਕੇ ਸਪੈਸ਼ਲੀ ਸਾਡੇ ਕੋਲ ਅੱਜ ਵਿਜਿਟ ਕੀਤਾ ਇਹ ਜਗ੍ਹਾ ਦੇਖਣ ਦੀ ਖਾਤਰ। ਇਹ ਜਿਹੜੀ ਜਗ੍ਹਾ ਹੈਗੀ ਆ ਇਹ ਮਿਸਟਰ ਐਵਰੈਸਟ ਦੀ ਫੈਮਿਲੀ ਨੂੰ ਬਿਲੋਂਗ ਕਰਦੀ ਹੈ। 1790 ਦੇ ਵਿੱਚ ਇਹ ਕਿਸੇ ਵਕਤ ਉਹਨਾਂ ਦਾ ਘਰ ਹੋਇਆ ਕਰਦਾ ਸੀ। ਦ ਨੀਅਰਸਟ ਟਾਊਨ ਇਜ਼ ਏ ਖਰਖਾਵਲ ਇਨ ਸਾਊਥ ਵੇਲਜ਼ ਦੇ ਵਿੱਚ ਹੈ। ਅਤੇ ਉਹ ਬੰਦਾ ਜਿਹੜਾ ਸੀ ਵਾਜ ਏ ਸਰਵੇਅਰ, ਜਿਹਨੂੰ ਕਿ ਇੰਡੀਅਨ ਗੌਰਮੈਂਟ ਨੇ ਹਾਇਰ ਕੀਤਾ ਸੀ ਕਿ ਈਸਟ ਇੰਡੀਆ ਕੰਪਨੀ ਨੇ, ਐਂਡ ਉਸ ਟਾਈਮ 'ਤੇ ਜਿਹੜੇ ਉਹਨੇ ਆਪਣੇ ਸ਼ੂਜ਼ ਜਾਂ ਆਪਣੀ ਖਿੱਟ ਯੂਜ਼ ਕੀਤੀ ਆ, ਵੀ ਆਰ ਵੈਰੀ ਵੈਰੀ ਲੱਕੀ ਟੂ ਹੈਨ ਇਨਹੈਰਿਟ ਫਰੋਮ ਦੇਮ। ਸੋ ਆਮ ਕੀਪਿੰਗ ਦਿਸ ਵਨ ਫੋਰ ਐਵਰ। ਇਹ ਸਾਡੇ ਕੋਲ ਇੱਕ ਹਿਸਟਰੀ ਹੈ, ਇਹ ਸਾਡੇ ਕੋਲ ਇੱਕ ਉਹ ਹੀਰਾ ਉਹ ਕਿਤਾਬ ਹੈ ਜਿਹਨੂੰ ਕਿ ਸਾਨੂੰ ਅਚੀਵ ਹੋਇਆ। ਉਹ ਅਸੀਂ ਦਰਸ਼ਕਾਂ ਨੂੰ ਇੱਥੇ ਦੱਸਣਾ ਚਾਹੁੰਦੇ ਕਿ ਉਸ ਸਰਵਾਇਰ ਦਾ ਨਾਂ ਸੀ ਜੋਰਜ ਐਵਰੈਸਟ, ਅਤੇ ਅਸੀਂ ਜਿਸ ਜਗ੍ਹਾ ਦੇ ਉੱਤੇ ਖੜ੍ਹੇ ਹਾਂ ਅਤੇ ਉਹਦੇ ਪਿੱਛੇ ਤੁਸੀਂ ਦੇਖ ਸਕਦੇ ਹੋ ਇਹ ਜਿਹੜੀ ਉਹ ਕੈਟ ਆ ਜਿਹਨੂੰ ਅਸੀਂ ਕਹਿ ਲਓ ਵੀ ਬੈਗ ਆ, ਉਸ ਵੇਲੇ ਜਿੱਥੇ ਉਹਨੇ ਪਾ ਕੇ ਚੀਜ਼ਾਂ ਜਿਹੜੀਆਂ ਉਹ ਲੈ ਕੇ ਗਿਆ ਹੋਵੇਗਾ, ਅਤੇ ਉਸ ਦੇ ਨਾਲ ਹੀ ਜਿਹੜੇ ਥੱਲੇ ਉਹਦੇ ਸ਼ੂ ਨੇ, ਉਹਦੇ ਜਿਹੜੇ ਜੁੱਤੇ ਉਸ ਵੇਲੇ, ਅਤੇ ਉਹਨਾਂ ਦੇ ਥੱਲੇ ਜਿਹੜੀ ਆ ਢਲਾਣ ਤੋਂ ਬਚਣ ਦੇ ਲਈ ਖਾਸ ਤੌਰ ਦੇ ਉੱਤੇ ਲੋਹੇ ਦੇ ਜਿਹੜੀ ਆ ਉਹ ਲੱਗੀਆਂ ਹੋਈਆਂ ਥੱਲੇ, ਜੇ ਤੁਸੀਂ ਦੇਖ ਸਕਦੇ ਹਾਂ ਤਾਂ। ਅਤੇ 1830 ਤੋਂ ਲੈ ਕੇ 1843 ਤੱਕ ਸ਼ਾਇਦ ਉਹ ਜਿਹੜੇ ਉਹ ਸਰਵਾਇਰ ਜਿਹੜੇ ਉਸ ਰਹੇ, ਜਿਹਨਾਂ ਅਤੇ ਸੁਰਿੰਦਰ ਸਿੰਘ ਬਿੱਲੂ ਖੈਰਾ ਦੇ ਨਾਂ ਦੇ ਨਾਲ ਜਿਹਨਾਂ ਨੇ ਪਿਆਰ ਦੇ ਨਾਲ ਸਾਰੇ ਕਹਿੰਦੇ ਆ, ਅਤੇ ਉਹਨਾਂ ਵੱਲੋਂ ਇਹ ਕਿੱਟ ਜਿਹੜੀ ਆ ਉਹ ਬੜੀ ਸੰਭਾਲ ਕੇ ਰੱਖੀ ਹੋਈ ਹੈ। ਇਹ ਕੋਈ ਚੋਰੀ ਛੁੱਪੇ ਕਰਕੇ ਨਹੀਂ ਰੱਖੀ ਗਈ, ਲੁਕੋ ਕੇ ਰੱਖੀ ਹੈ, ਸਗੋਂ ਦੀ ਆਮ ਦਰਸ਼ਕਾਂ ਨੂੰ ਦੇਖਣ ਦੇ ਲਈ ਕੋਈ ਵੀ ਇੱਥੇ ਵਿਜ਼ਿਟ ਕਰਕੇ ਜਿਹੜਾ ਆ ਕੇ ਜਿਹੜਾ ਇਸ ਨੂੰ ਵੇਖ ਸਕਦਾ, ਅਤੇ ਇਹਨਾਂ ਨੇ ਜਿਹੜਾ ਉਹ ਸੰਭਾਲ ਕੇ ਜਿਹੜੀ ਆ ਉਹ ਰੱਖੀ ਹੋਈ ਹੈ। ਸਾਨੂੰ ਦੱਸੋਗੇ ਤੁਸੀਂ ਕਦੋਂ ਤੋਂ ਇਹਦੀ ਸੰਭਾਲ ਜਿਹੜੀ ਉਹ ਕਰ ਰਹੇ ਹੋ? ਅਸੀਂ ਇਹ ਮਨਪ੍ਰੀਤ, ਅਸੀਂ ਜਿਹੜਾ ਹੋਟਲ ਆ ਇਹ ਨਵੰਬਰ 2022 ਵਿੱਚ ਲਿਆ ਸੀ, ਅਤੇ ਜਦੋਂ ਸਾਨੂੰ ਇਹਦੀ ਹਿਸਟਰੀ ਦਾ ਪਤਾ ਲੱਗਿਆ ਅਤੇ ਅਸੀਂ ਜਿਹੜੇ ਪ੍ਰੀਵੀਅਸ ਓਨਰ ਸੀ ਉਹਨਾਂ ਨੂੰ ਰਿਕੁਐਸਟ ਕੀਤੀ ਕਿ ਜਿਹੜੀ ਮਿਸਟਰ ਐਵਰੈਸਟ ਦੀ ਕੈਟ ਹੈ ਜਾਂ ਉਹਦੇ ਸ਼ੂ ਹੈ ਉਹ ਪਲੀਜ਼ ਡੋਂਟ ਟੇਕ ਇਟ ਅਵੇ, ਜਸਟ ਲੀਵ ਇੱਥੇ ਆ ਕਿ ਇਸ ਹੋਟਲ ਨੂੰ ਬਿਲੋਂਗਸ ਕਰਦੇ ਆ। ਸੋ ਉਹ ਸਾਡੇ ਕੋਲ ਰਹਿਣ ਤਾਂ ਬੜੀ ਅੱਛੀ ਗੱਲ ਆ, ਪਰ ਦੇ ਹੈਵ ਐਕਸੈਪਟਡ ਮਾਈ ਰਿਕੁਐਸਟ। ਸੋ ਉਸ ਤੋਂ ਬਾਅਦ ਅਸੀਂ ਕੀ ਕੀਤਾ ਕਿ ਪ੍ਰੋਪਰ ਇਹਦੇ ਲਈ ਇੱਕ ਕਵਰ ਬਣਾਈ, ਉਹ ਕਵਰ ਦੇ ਵਿੱਚ ਅਸੀਂ ਡਿਸਪਲੇ ਕੀਤਾ ਇਹਨੂੰ, ਐਂਡ ਉਹਦੇ ਨਾਲ ਨਾਲ ਅਸੀਂ ਜਿਹੜੀ ਇਹਦੀ ਹਿਸਟਰੀ ਵੀ ਹੈਗੀ ਆ ਉਹ ਵੋਲ ਦੇ ਉੱਤੇ ਵੀ ਕਿੱਦਾਂ ਕਿੱਦਾਂ ਉਹਨਾਂ ਨੇ ਅਚੀਵ ਕੀਤਾ, ਕਿੰਨਾ ਟਾਈਮ ਲੱਗਿਆ, ਅਸੀਂ ਉਹ ਵੀ ਲਗਾਈ ਹੋਈ ਹੈ। ਸੋ ਇਹਦੇ ਨਾਲ ਬੜੇ ਦਰਸ਼ਕ ਆਉਂਦੇ ਨੇ, ਟੂਰਿਸਟ ਬੜੇ ਆਉਂਦੇ ਨੇ ਜਿਨ੍ਹਾਂ ਨੂੰ ਹਿਸਟਰੀ ਦਾ ਸ਼ੌਕ ਹੈ ਉਹ ਪੜ੍ਹਦੇ ਨੇ ਅਤੇ ਉਹ ਆ ਕੇ ਦੇਖਦੇ ਨੇ ਅਤੇ ਉਹ ਆਪਣੀਆਂ ਫੋਟੋ ਵਗੈਰਾ ਖਿਚਾ ਕੇ ਵੀ ਚਲੇ ਜਾਂਦੇ ਨੇ। ਸੋ ਆਮ ਵੈਰੀ ਵੈਰੀ ਪ੍ਰਾਊਡ ਮਾਈ ਸੈਲਫ ਮਾਈ ਫੈਮਿਲੀ ਐਂਡ ਮਾਈ ਫਰੈਂਡਸ ਕਿ ਅਸੀਂ ਇਹਨੂੰ ਅਚੀਵ ਕੀਤਾ, ਐਂਡ ਨਾਓ ਵੀ ਓਨ ਦਿਸ ਮਾਈਨਰ ਹੋਟਲ, ਦਾ ਮਾਈਨਰ ਹੋਟਲ ਗੋਟ ਏ ਬਿਗ ਨੇਮ ਇਨ ਦਾ ਹਿਸਟਰੀ ਐਂਡ ਵੀ ਆਰ ਪਾਰਟ ਆਫ ਇਟ। ਥੈਂਕ ਯੂ ਵੈਰੀ ਮੱਚ। ਇਹ ਸਨ ਸੁਰਿੰਦਰ ਸਿੰਘ ਬਿੱਲੂ ਖੈਰਾ ਜੀ, ਜਿਨ੍ਹਾਂ ਨੇ ਸਾਨੂੰ ਜਿਹੜੀ ਇਹ ਇੱਕ ਬੜੀ ਹੀ ਜਿਹੜੀ ਆ ਦਿਲਚਸਪ ਜਿਹੜੀ ਹਿਸਟਰੀ ਉਹ ਦੱਸੀ ਹੈ, ਅਤੇ
ਮਾਊਂਟ ਐਵਰੈਸਟ ਨੂੰ ਦੁਨੀਆ ਭਰ ਦੇ ਵਿੱਚ ਜਿਹੜਾ ਉਹ ਜਾਣਿਆ ਜਾਂਦਾ ਹੈ, ਪਰ ਉਸ ਦੇ ਪਿੱਛੇ ਜਿਹੜੇ ਕੰਮ ਕਰਨ ਵਾਲੇ ਆ, ਕਈ ਵਾਰ ਅਸੀਂ ਉਹਨਾਂ ਨੂੰ ਜਿਹੜਾ ਉਹ ਭੁੱਲ ਜਾਂਦੇ ਹਾਂ। ਅਤੇ ਖਾਸ ਤੌਰ 'ਤੇ ਸਾਨੂੰ ਵੀ ਇਸ ਚੀਜ਼ ਦਾ ਨਹੀਂ ਸੀ ਪਤਾ ਜਦੋਂ ਇਹਨਾਂ ਨੇ ਸਾਨੂੰ ਸਪੈਸ਼ਲ ਸੱਦਿਆ ਕਿ ਆਓ, ਤੁਹਾਨੂੰ ਇੱਕ ਇੰਡੀਅਨ ਨਾਲ ਰਿਲੇਟਡ ਜਿਹੜੀ ਆ ਉਹ ਖਾਸ ਜਿਹੜੀ ਆ ਹਿਸਟਰੀ ਜਿਹੜੀ ਆ ਉਹ ਤੁਹਾਨੂੰ ਅਸੀਂ ਦਿਖਾਵਾਂਗੇ। ਅਤੇ ਅਸੀਂ ਅਜੀਤ ਵੈਬਟੀਵੀ ਵੱਲੋਂ ਸੁਰਿੰਦਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ। ਆਸ ਹੈ ਅਜੀਤ ਦੇ ਦਰਸ਼ਕਾਂ ਨੂੰ ਸਾਡਾ ਅੱਜ ਦਾ ਜਿਹੜਾ ਇਹ ਐਪੀਸੋਡ ਬਹੁਤ ਪਸੰਦ ਆਇਆ ਹੋਵੇਗਾ। ਹਾਂਜੀ ਮਨਪ੍ਰੀਤ ਜੀ, ਮੇਰੇ ਵੱਲੋਂ ਤੁਹਾਨੂੰ ਫਿਰ ਤੀ ਗੱਲ ਇੰਨੀ ਦੂਰੋਂ ਚੱਲ ਕੇ ਆਉਣਾ ਜੋ 200 ਮੀਲ, ਸੋ ਤੁਸੀਂ ਤੁਹਾਡੀ ਰਿਕੁਐਸਟ ਜਿਹੜੀ ਆ ਉਹ ਮੰਨੀ ਆ, ਸੁਬਹਾ ਸੁਬਹਾ ਦਾ ਚੱਲ ਕੇ ਆਏ ਹੋਏ ਆ, ਅੱਜ ਸਾਰਾ ਦਿਨ ਤੁਸੀਂ ਇਸ ਜਿਹੜੀ ਹੈਗੀ ਆ ਐਟਮੋਸਫੀਅਰ ਨੂੰ, ਇਸ ਬਿਲਡਿੰਗ ਨੂੰ, ਇਹਦੀ ਲੋਕੇਸ਼ਨ ਨੂੰ ਇੰਜੋਏ ਕਰ ਰਹੇ ਹਾਂ। ਸੋ ਵੀ ਆਰ ਆਲਸੋ ਵੈਰੀ ਪ੍ਰਾਊਡ ਆਫ ਯੂ, ਥੈਂਕਸ ਫੋਰ ਕਮਿੰਗ ਓਵਰ। ਥੈਂਕ ਯੂ ਵੈਰੀ ਮੱਚ, ਬਹੁਤ ਬਹੁਤ ਧੰਨਵਾਦ ਜੀ। ਇਹ ਸੀ ਜੋਰਜ ਐਵਰੈਸਟ ਦੇ ਨਾਲ ਸੰਬੰਧਿਤ ਇੱਕ ਛੋਟੀ ਜਿਹੀ ਜਿਹੜੀ ਸਾਡੀ ਪੇਸ਼ਕਾਰੀ। ਆਸ ਹੈ ਜੀ ਦੇ ਦਰਸ਼ਕਾਂ ਨੂੰ ਸਾਡਾ ਅੱਜ ਦਾ ਪ੍ਰੋਗਰਾਮ ਜ਼ਰੂਰ ਪਸੰਦ ਆਇਆ ਹੋਵੇਗਾ। ਹੁਣ ਤੋਂ ਮਨਪ੍ਰੀਤ ਸਿੰਘ ਬੱਦਰੀ ਕਲਾਂ ਨੂੰ ਇਜਾਜ਼ਤ, ਅਤੇ ਤੁਸੀਂ ਵੇਖਦੇ ਰਹੋ ਅਜੀਤ ਵੈਬ ਟੀ ਵੀ। ਬਹੁਤ ਬਹੁਤ ਧੰਨਵਾਦ।